ਉਧਰ ਚੰਡੀਗੜ੍ਹ ਵਿੱਚ ਆਪਣਾ ਪੰਜਾਬ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਹਾਰ ਵੀ ਉਹਨਾਂ ਦੇ ਹੰਕਾਰ ਕਾਰਨ ਹੋਈ ਸੀ। ਛੋਟੇਪੁਰ ਨੇ ਇੱਥੋਂ ਤੱਕ ਕਿਹਾ ਕਿ ਕੇਜਰੀਵਾਲ ਨੂੰ ਵੀ ਕਾਂਗਰਸ ਦੇ ਅਜੇ ਮਾਕਣ ਦੀ ਤਰਜ਼ ਤੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਅਸਤੀਫਾ ਦਿੱਤਾ ਤਾਂ ਬਹੁਤ ਦੇਰ ਪਹਿਲਾਂ ਕੱਢਣ ਵਾਲੇ ਸੀ ਜੇ ਪਾਰਟੀ ਰੱਖਣੀ ਸੀ। ਹੁਣ ਤਾਂ ਅਸਤੀਫਾ ਦੇ ਦੇਣ ਕੋਈ ਖਾਸ ਫਰਕ ਨਹੀਂ ਗਾ, ਕੰਮ ਮੁੱਕ ਗਿਆ ਉਹਨਾਂ ਦਾ। ਇਹ ਤਾਂ ਜੇ ਥੋੜ੍ਹੀ ਬਹੁਤੀ ਵੀ ਕੇਜਰੀਵਾਲ ਨੂੰ ਇਸ ਮਸਲੇ 'ਤੇ ਕੋਈ ਸਦਾਕਤ ਹੁੰਦੀ ਕਿ ਦੇਸ਼ ਦੇ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ, ਦਿੱਲੀ ਦੇ ਲੋਕਾਂ ਨੇ ਮੇਰੇ 'ਤੇ ਫੇਥ ਕੀਤਾ ਅਤੇ ਮੈਂ ਲੋਕਾਂ ਦੇ ਵਿਸ਼ਵਾਸ 'ਤੇ ਪੂਰਾ ਉਤਰਨਾ, ਤਾਂ ਇਹੋ ਜਿਹੇ ਬੰਦੇ ਨੂੰ ਪਹਿਲਾਂ ਝਾੜ ਦੇਣਾ ਚਾਹੀਦਾ ਸੀ। ਹੁਣ ਤਾਂ ਕੰਮ ਮੁੱਕ ਗਿਆ ਉਹਦਾ, ਹੁਣ ਤਾਂ ਕੋਈ ਗੱਲ ਹੀ ਨਹੀਂ। ਪਰ ਅਸੀਂ ਸਮਝਿਆ ਵੀ ਇਕੱਲਾ ਇਹਨਾਂ ਦਾ ਕਸੂਰ ਨਹੀਂ ਸੀ, ਕੇਜਰੀਵਾਲ ਵੀ ਇਸੇ ਕੈਟਾਗਰੀ ਦਾ ਸੀ। ਜਿਸ ਤਰ੍ਹਾਂ ਮਾਕਣ ਨੇ ਅਸਤੀਫਾ ਦਿੱਤਾ ਵਾ, ਜੇ ਥੋੜ੍ਹੀ ਬਹੁਤੀ ਸਦਾਕਤ ਹੋਵੇ ਤਾਂ ਇਹਨਾਂ ਸਾਰੇ ਲੋਕਾਂ ਦੀਆਂ ਆਸਾਂ ਉਮੀਦਾਂ ਸਾਰੇ ਦੇਸ਼ ਦੀਆਂ 'ਤੇ ਪਾਣੀ ਫੇਰਿਆ ਵਾ, ਇਹਨੂੰ ਆਪ ਹੀ ਛੱਡ ਦੇਣਾ ਚਾਹੀਦਾ ਖਿਲਾਫ਼।